ਕਿਹੜੀ ਟੀਮ ਇਸ ਮੈਚ ਨੂੰ ਚੁਣ ਕੇ ਤੋਈ ਹੈ ਜੇਤੂ ਟੀਮ ਨੂੰ ਬੇਨਤੀ ਹੈ ਕਿ ਪਲੀਜ਼ ਇੱਥੇ ਬੈਠ ਜਾਣ ਰਾਜਸਥਾਨ ਦੀਆਂ ਮੁਟਿਆਰਾਂ ਦੇ ਨਾਲ ਉਹਨਾਂ ਦਾ ਜਿਸਾ ਭਾਜੀ ਮੈਚ ਹੋਵੇਗਾ ਠੀਕ ਹੈ ਜੀ ਕੋਈ ਗੱਲ ਇਧਰੋਂ ਹਾਂਜੀ ਤਰਨਤਾਰਨ ਦੇ ਬੱਚੀ ਆ ਕਹੇ ਤੇ ਮੁਕਸਰ ਦੇ 17 ਮਣੀ ਜੀ ਅਗਲੀ ਰੇਡ ਹਾਫ ਸਮੇਂ ਬਾਅਦ ਕਬੱਡੀ ਪਾਉਣ ਦੇ ਲਈ ਰੀਤੂ ਵਾਦੀ ਹੋਈ ਚਾਰ ਮੁਟਿਆਰਾਂ ਦੇ ਉੱਪਰ ਬੋਲਿਆ ਹੋਇਆ ਧਾਵਾ ਲੋ ਖੇਡ ਮੈਦਾਨ ਵਿੱਚੋਂ ਆਰਜੂ ਇੱਕ ਪਾਸੇ ਰੀਤੂ ਤੇ ਇੱਕ ਪਾਸੇ ਆਰਜੂ ਆਰਜੂ ਤੇ ਰਾਣੀ ਨਾਲ ਰੀਤੂ ਲੱਗਾ ਹੋਇਆ ਜੋਰ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਰੀਤੂ ਦੇ ਖਾਤੇ ਨੂੰ ਹੋਇਆ ਅਗਲੀ ਰੇਡ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਲੋ ਵਾਦੀ ਹੋਈ ਮੁਟਿਆਰ ਇਸ ਟਾਈਮ ਸੰਜੂ 10 ਨੰਬਰ ਗੇੜ ਦੇ ਵਿੱਚ ਬੋਲਿਆ ਹੋਇਆ ਧਾਵਾ ਹੈਪੀ ਚਾਹਰ ਮੇਰੇ ਵੀਰੋ ਆ ਮੁਟਿਆਰ ਜਫਾ ਲਾਵੇਗੀ ਹਾਂਜੀ ਸਮਦੀ ਪਲੀ ਸਮਦੀ ਜਾਂ ਲਾਲੀ ਜੀ ਮੇਰੀ ਆਵਾਜ਼ ਫੋਨ ਦੇ ਉੱਤੇ ਇੱਥੇ ਸੰਪਰਕ ਕਰ ਹਾਈ ਰੇਡ ਖੇਡ ਮੈਦਾਨ ਦੇ ਵਿੱਚ kabaddi.tv ਵਾਲਾ ਤੂੰ ਵੀ ਇਹਨਾਂ ਮੁਟਿਆਰਾਂ ਦੀ ਖੇਡ ਨੂੰ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਕਵਰਸ ਕਰਦਾ ਤੇ ਬੰਦ ਕਰਦਾ ਆਉਣ ਵਾਲੇ ਸਮੇਂ ਦੀਆਂ ਜੋ ਯਾਦਾਂ ਬਣ ਜਾਣੀਆਂ ਲੋ ਖੇਡ ਮੈਦਾਨ ਦੇ ਵਿੱਚ ਹਲਕੇ ਜਿਹੇ ਕੱਚ ਇਸ ਮੁਟਿਆਰ ਦਾ ਪੁਆਇੰਟ ਤਰਨਤਾਰਨ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਹਾਂ ਬਸੰਤ ਸ਼ੇਰ ਗੱਲ ਵੱਲੋਂ ਤੇ ਬਨਿੰਦਰ ਵੱਲੋਂ 100 ਰੁਪਿਆ ਗੋਲੀ ਤੇਰੇ ਵਾਸਤੇ ਬਈ ਵਾਜੀ ਵਾ 100 ਰੁਪਿਆ ਸਾਡੇ ਬਸੰਤ ਜੀ ਤੇ ਬਨਿੰਦਰ ਜੀ ਇਹਨਾਂ ਵੱਲੋਂ ਜੀ 100-100 ਰੁਪਏ ਦੇ ਵੱਡੇ ਮਾਣ ਲੋਕ ਧੰਨਵਾਦ ਕਰਦੇ ਆ ਲੋਕ ਖੇਡ ਮੈਦਾਨ ਵਿੱਚ ਹੈਪੀ ਦਾ ਲੱਗਿਆ ਹੋਇਆ ਜਫਾ ਪੁਆਇੰਟ ਤਰਨਤਾਰਨ ਦੀ ਟੀਮ ਦੇ ਖਾਤੇ ਜੁੜ ਗਿਆ ਅਗਲੀ ਰੇਡ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਾਦੀ ਹੋਈ ਰਾਜਸਥਾਨ ਦੀਆਂ ਮੁੰਡਿਆਂ ਦੀਆਂ ਟੀਮਾਂ ਨੂੰ ਬੇਨਤੀ ਹੈ ਆ ਰਾਜਸਥਾਨ ਦੀਆਂ ਦੋਨੋਂ ਟੀਮਾਂ ਕਰਨੀ ਸਰ ਏ ਤੇ 18 ਕਰਨੀ ਸਰ ਏ ਤੇ 18 ਬਿਨਾ ਕਿਸੇ ਦੇਰੀ ਤੋਂ ਗਰਾਊਂਡ ਚ ਆ ਜਾਣ ਅਗਲੀ ਰੇਡ ਸੰਜੂ ਕਬੱਡੀ ਫਿਰ ਪਾਉਣ ਦੇ ਲਈ ਵਾਦੀ ਹੋਈ ਮੁਟਿਆਰ 10 ਨੰਬਰ ਗੇੜ ਦੇ ਵਿੱਚ ਨੈਸ਼ਨਲ ਸਟਾਈਲ ਦੀਆਂ ਇਹ ਖਿਡਾਰ ਦਾ ਮੁਟਿਆਰਾ ਪਰ ਅੱਜ ਇਹਨੇ ਵੀ ਸਰਕਸ ਸਟਾਈਲ ਦੇ ਵਿੱਚ ਡਾਕਟਰ ਸ਼ੇਰ ਸਿੰਘ ਜੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਮੁਟਿਆਰਾ ਹਰਮਨ ਚੈਨਲ ਵੱਲੋਂ 100 ਰੁਪਿਆ ਲੋ ਅੱਜ ਇਹਨੇ ਵੀ ਇਸ ਖੇਡ ਮੈਦਾਨ ਦੇ ਵਿੱਚ ਪਿਛਲੇ ਸਾਲ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਮੰਦਰ ਮਹਿਣਾ ਜੀ ਉਹ ਟੀਮ ਲੈ ਕੇ ਪਹੁੰਚੇ ਸਨ ਪਰ ਸਰੀਰਕ ਰੂਪ ਦੇ ਵਿੱਚੋਂ ਸਾਡੇ ਵਿੱਚ ਕਾਰ ਨਹੀਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਸਿਖਾਏ ਹੋਏ ਮੇਰੇ ਵੀਰੋ ਦਾਪੇ ਚ ਇਹਨਾਂ ਮੁਟਿਆਰ ਅੱਜ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਸਮਾਂ ਦਾ ਜੀ ਸਮਾਂ 30 ਸੈਕਿੰਡ ਦਾ 30 ਸੈਕਿੰਡ ਦੇ ਵਿੱਚ ਸਟਰਗਲ ਹੋਣਾ ਜ਼ਰੂਰੀ ਹੈ ਤੇ ਮੰਦਰ ਮਹਿਣਾ ਜੀ ਦਾ ਪੁਆਇੰਟ ਜਾਤੀ ਦੇ ਹਿੱਸੇ ਆਟੋਮੈਟਿਕਲੀ ਚਲਿਆ ਜਾਂਦਾ ਹੈ ਮੰਦਰ ਮਹਿਣਾ ਜੀ ਉਹਨਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਕਿਉਂਕਿ ਉਹ ਵੀ ਇਸ ਖੇਡ ਮੈਦਾਨਾਂ ਦੇ ਵਿੱਚ ਪਿਛਲੇ ਸਾਲ ਆਪਣੀਆਂ ਵੱਡੀਆਂ ਸੇਵਾਵਾਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ ਉਹਨਾਂ ਨੂੰ ਵੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਲੋ ਖੇਡ ਮੈਦਾਨ ਦੇ ਵਿੱਚ ਰੀਤੂ ਦੀ ਪਾਈ ਹੁਣ ਰੇਡ ਹਲਕੇ ਜਿਹਾ ਕਰਦੇ ਹੋਏ ਟੱਚ ਮੁਟਿਆਰ ਪੁਆਇੰਟ ਧਾਰੀ ਦੇ ਖਾਤੇ ਪੁਆਇੰਟ ਧਾਰੀ ਦੇ ਖਾਤੇ ਮੈਚ ਹੋ ਗਿਆ ਜੀ ਸਮਾਪਤ ਚੱਲਦੇ ਹੋਏ ਮੈਚ ਦੌਰਾਨ ਤਰਨਤਾਰਨ ਦੀ ਉਹ ਟੀਮ ਹੈ ਉਹ ਜੇਤੂ ਟੀਮ ਹੈ ਹਾਂਜੀ ਗੋਰੀ ਜੀ 100 ਰੁਪਿਆ ਲੈ ਜੀ ਆਪਣੇ ਕਰਨੀ ਭੁੱਲਰ ਵੱਲੋਂ ਤੇ 100 ਰੁਪਿਆ ਗੋਰਾ ਚੋੜ ਤੋਂ ਵੀ ਲੈ ਜੋ ਜੇ ਰਾਜਸਥਾਨ ਦੇ ਵੱਲੋਂ ਆ ਜਾਣਾ ਜੀ ਥੋੜਾ ਜਿਹਾ ਸਮਾਂ ਦੀ ਲਿਆਕਤ ਨੂੰ ਵੇਖਦੇ ਹੋਏ ਮੈਂ ਥੋੜੀ ਜਿਹੀ ਬੇਨਤੀ ਕਰਨਾ ਚਾਹੂੰਗਾ ਜਿੰਨੇ ਵੀ ਰੈਫਰੀ ਸਾਹਿਬਾਂ ਸ਼ੇਰ ਤੋਂ ਕੱਲ੍ਹ ਜਿੱਤੂ ਦੇ ਰਹੇ ਆ ਜਿਨ੍ਹਾਂ ਦਾ ਨਾਮ ਨਾ ਆ ਕੇ ਆਪਣਾ ਸਮਾਨ ਜਿੱਤੂ ਲੈ ਕੇ ਜਾਣ ਬਾਹਰ ਦੇ ਜਾ ਕੁਮਾਰ ਜੀ ਬਹੁਤ ਹੀ ਮਾਰਾ ਚਲਾ ਗਏ ਮਗਰਾਂ ਦੇ ਫਿਰ ਨੈਕਸਟ ਕਰ ਦਿਓ ਜੀ 1 ਮਿੰਟ ਡ੍ਰੀਮ ਕੁਮਾਰ ਇੱਥੇ ਆ ਜਾ ਸੰਦੀਪ ਚੌਹਾਨ ਜੀ ਦਵਿੰਦਰ ਕੌਰ ਜੀ ਸੁਖਵਿੰਦਰ ਰਾਮ ਜੀ ਤਰਲੋਕ ਸਿੰਘ ਜੀ ਲਾਲਚੰਦ ਜੀ ਜਸਵੀਰ ਸਿੰਘ ਲਵਦੀਪ ਸਿੰਘ ਸੋ ਮਾਜੀ ਹੱਥ ਢਾਲ ਕੋਈ ਕਿਰਪਾ ਕਰਕੇ ਆਪਣੇ ਸਮਾਨ ਨੂੰ ਲੈ ਕੇ ਜਾ ਕਿਨੇ ਵਾਲਾ ਫਿਰਲਾ ਆਇਆ ਨਾ ਇੰਟਾ ਜਾਂਦੇ ਨੂੰ ਲੱਗ ਗਿਆ ਉਹ ਬਣਾ ਕਰਨ ਲੱਗਾ ਹੀ ਨਾ जो पंजाब की टीम है तरन तारण की ढाल मंडी वाले पास है ਹਾਂਜੀ ਟੀਮ ਦੱਸ ਦਿਓ ਕਿਹੜੀ ਟੀਮ ਕਿਹੜੇ ਪਾਸੇ ਆ ਜੀ ਸਾਹਮਣੇ
ਸਮੈਨ ਦੀ ਟੀਮ ਉਧਰਲੇ ਪਾਸੇ ਆ ਜੀ ਸਮੈਨ ਹਰਿਆਣਾ ਦੀ ਟੀਮ ਸਕੂਲ ਵਾਲੇ ਆ ਧਾਰ ਮੰਡੀ ਵਾਲੇ ਪਾਸੇ 500 ਰੁਪਇਆ ਇਹ ਦੋਨੋਂ ਕਮੈਂਟਰੀ ਵਾਲਿਆਂ ਵਾਸਤੇ ਤੇ ਇਹ ਪਹਿਲਾ ਅੰਕ ਪੰਜਾਬ ਦੀ ਟੀਮ ਵਾਸਤੇ ਆ ਜੀ ਆ ਟੀਮ ਗ੍ਰੀਨ ਕਰਦੇ ਜੋ ਪਹਿਲਾ ਅੰਕ ਪੰਜਾਬ ਦਾ ਹੀ ਆ ਜੀ ਨਹੀਂ ਜੀ ਪਹਿਲਾ ਪੁਆਇੰਟ ਰਾਮ ਬਤਰੀ ਹਰਿਆਣਾ ਦੀ ਟੀਮ ਦੇ ਲਈ ਸਵੈਨ ਦੇ ਲਈ ਜੋ ਤੁਸੀਂ ਰੱਖਿਆ ਦਾ ਪੁਆਇੰਟ ਉਧਰਲੇ ਪਾਸੇ ਪੰਜਾਬ ਦੀ ਟੀਮ ਦੇ ਤਰਫੋਂ ਸੁਮਨ ਗਏ ਮੈਦਾਨ ਵਿੱਚ ਰੇਡ ਪਾਉਣ ਦੇ ਲਈ ਵਾਧੀ ਫੀ ਇੱਕ ਪਾਸੇ ਸ਼ੀਨਾ ਵਾਰਡ ਕਬੱਡੀ ਕੱਪ ਦੀ ਖਿਡਾਰ ਨਾ ਆ ਦੂਸਰੇ ਪਾਸੇ ਰੰਦੀਪ ਇਹ ਖਿਡਾਰ ਵਾਰਡ ਕਬੱਡੀ ਕੱਪ ਦੀ ਖਿਡਾਰ ਨਾ ਆ ਸੁਮਨ ਗਿੱਲ ਪਾਸਾ ਲਈ ਇੱਕ ਮਿੰਟ ਵਾਸਤੇ ਹਾਂਜੀ 1100 ਰੁਪਿਆ ਬਲਵਿੰਦਰ ਸਿੰਘ ਗਰੇਵਾਲ ਉਹ ਜਿਹੜੀ ਜੇਤੂ ਰਹੂਗੀ ਟੀਮ 500 ਰੁਪਿਆ ਕਮੈਂਟਰੇਟਰ ਵਾਸਤੇ ਹੈ ਜਿੱਦੂ ਚਾਹੀ 1000 ਰੁਪਿਆ ਬੈਸਟ ਲੀਡਰ ਤੇ ਬੈਸਟ ਜਾਫੀ ਵਾਸਤੇ ਹੈ ਇਸ ਮੈਚ ਦੇ ਵਿੱਚ ਚਿੰਦੂ ਸੁਖੀ ਤੇ ਮਿੰਦਰ ਤੇ ਯੂਐਸਐਲ ਜਿੰਨੇ ਵੀ ਪੱਤਰਕਾਰ ਵੀ ਰਹਿ ਗਏ ਆ ਉਹ ਆ ਕੇ ਆਪਣਾ ਆਪਣਾ ਸਮਾਨ ਟੁੱਟੀ ਲੈ ਜਾ ਇਧਰਲੇ ਪਾਸੇ ਰਾਮ ਬਤਰੀ ਕਮੇਟੀ ਬਾਰਾਂ ਵਿੱਚ ਵਾਧੀ ਹੋਈ ਆ ਦੂਸਰੇ ਪਾਸੇ ਹੈਪੀ ਉਹਦੇ ਨਾਲ ਚਾਨੋ ਤੇ ਨਾਲ ਜਸੂ ਲਾਠੇ ਮੈਦਾਨ ਦੇ ਵਿੱਚ ਹੈਲੋ ਆ ਸਿਰਜਾ ਜੀ ਬਾਸਕਰ ਨੂੰ ਦਿੱਤਾ 100 ਰੁਪਿਆ ਰਾਮ ਬਤਰੀ ਰੇਟਰ ਨੂੰ 500 ਦਾ ਜੀ ਚਾਹਣਾ ਕਿਰਪਾ ਮੰਚ ਪਰ ਆਏ ਅਰਵਿੰਦਰ ਜੀ ਮਕਾਨ ਸੀਤਾਰਾਮ ਜੀ ਸਵਾਮੀ ਆਸ਼ੀਸ ਤਨੇਜਾ ਡਾਕਟਰ ਸਾਹਿਬ ਬੈਸਟ ਰਾਈਡਰ ਤੇ ਬੈਸਟ ਕੈਚਰ ਵੀ ਜਿੱਤ ਸਕਣਾ ਹੈ ਜਿੱਤੂ ਸੁਖੀ ਦੇ ਮਿੱਤਰ ਤੇ ਯੂਐਸਏ ਵੱਲੋਂ 1000 ਰੁਪਏ ਦਾ ਇਹਨਾਂ ਨੂੰ ਪ੍ਰਾਈਜ਼ ਦਿੱਤਾ ਜਾਣਾ ਹੈ 500 ਰੁਪਏ ਵਾਸਤੇ ਵੀ ਹੈ ਇਹ ਆ ਸੁਮਨ ਗਿੱਲ ਲੱਖਾਂ ਦਾ ਪੁਆਇੰਟ ਜੋੜਿਆ ਆਪਣੀ ਟੀਮ ਦੇ ਲਈ ਰਾਮਾ ਜੀ 500 ਰੁਪਇਆ ਸੁਖੀ ਜਿੰਦੂ ਤੇ ਨਿੰਦਰ ਵੱਲੋਂ ਥੋੜੇ ਵਾਸਤੇ ਦੋਨਾਂ ਵਾਸਤੇ ਉਹਦੇ ਪਾਸੇ ਸੁਖੀ ਤੇ ਜਿੰਦੂ ਚਾਰ ਵਾਰੀ ਵੱਡਾ ਨਾਮ ਜੋ ਬੋਨਾ ਤੋਂ ਖੁਸ਼ ਹੋ ਕੇ ਭੇਜ ਦੋਨੋਂ ਕਮੈਂਟਰਾਂ ਲਈ ਦੋ ਮੈਦਾਨ ਵਿੱਚ ਰਾਮ ਤੇਰੀ ਰੇਡ ਪਾਉਣ ਦੇ ਲਈ ਉਧਰਲੇ ਪਾਸੇ ਜਸੂ ਜੀ ਹਾਂਜੀ ਸੁਮਨ ਗਿੱਲ ਵਾਸਤੇ 100 ਰੁਪਿਆ ਹਿੰਦਾ ਸੋਤਾ ਯੂਐਸਏ ਸੁਮਨ ਗਿੱਲ ਹਾਂ 100 ਰੁਪਿਆ ਰਾਮ ਬਤਰੀ ਵਾਸਤੇ ਆਇਆ ਤੇ 100 ਰੁਪਿਆ ਸੁਮਨ ਗਿੱਲ ਵਾਸਤੇ ਹਜੇ ਤੱਕ ਆਇਆ 1100 ਰੁਪਿਆ ਜੇਤੂ ਦੀ ਵਾਸਤੇ ਬਲਵਿੰਦਰ ਗਰੇਵਾਲ 5000 ਰੁਪਿਆ ਬੈਸਟ ਰਾਈਡਰ ਤੇ ਬੈਸਟ ਜਾਫੀ ਵਾਸਤੇ ਡਾਕਟਰ ਸਾਹਿਬ ਨੋਟ ਕਰ ਲੈਣਾ ਦੋਨਾਂ ਟੀਮਾਂ ਦੇ ਵਿੱਚੋਂ ਬਈ ਮੈਦਾਨ ਵਿੱਚ ਬਹੁਤ ਵਧੀਆ ਜੋ ਮੈਚ ਇਸ ਸਮੇਂ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਸੁਮਨ ਗਿੱਲ ਮੈਦਾਨ ਜਿੱਦਣੇ ਪਾਸੇ ਕਬੱਡੀ ਪਾਉਣ ਦੇ ਲਈ ਆ ਦੂਸਰੇ ਪਾਸੇ ਚਾਰ ਜਾਫੀ ਇਸ ਵੇਲੇ ਕਬੱਡੀ ਦੀ ਸਟਾਰ ਔਰ ਮੈਦਾਨ ਵਿੱਚ ਵੇਖਾਂਗੇ ਕਿਹੜੀ ਖਿਡਾਰਨ ਵੱਧ ਕੋਸ਼ਿਸ਼ ਕਰੇਗੀ ਕਿ ਬਾਗੇ ਵਾਲੀ ਸਰਹੱਦ ਵਿੱਚ ਦੀ ਮੈਂ ਲਾਹੌਰ ਨੂੰ ਜਾਵਾਂ ਨੰਗੇ ਪੈਰੀ ਨਨਕਾਣਾ ਸਾਹਿਬ ਮੱਥਾ ਟੇਕ ਕੇ ਆਵਾਂ ਬਾਬੇ ਬੁੱਲੇ ਦੀ ਮਸੀਤ ਉੱਤੇ ਜਾ ਕੇ ਗਾਵਾਂ ਹੱਦਾਂ ਸਰਹੱਦਾਂ ਵਾਲੇ ਮੁੱਕ ਜਾਣ ਸਾਰੇ ਰਾਹ ਹੋਏ ਆਪਾਂ ਗਾਲੀਆਂ ਦੀਆਂ ਗਾਣਾ ਕਹੇ ਆਪਣੇ ਆਪਣੇ ਆ ਕੇ ਸਮਾਨ ਪ੍ਰਤੀਤ ਨਾਮ ਵਿੱਚ ਰਾਮ ਤੇਰੀ ਲੱਖਾਂ ਦਾ ਪਾਣ ਇਸ ਸਹਿਯੋਗ ਦੀ ਹੋਈ ਉਧਰਲੇ ਪਾਸੇ ਰਾਣਾ ਲੰਗੀਆਂ ਦੀਆਂ ਸਾਡਾ ਵੀਰ ਤੇ ਸੇਵਾ ਸਿੰਘ ਟੋਂਗੋ ਵਾਲੀ ਉਹਨਾਂ ਵੀਰਾਂ ਦਾ ਵੱਡਾ ਧੰਨਵਾਦ ਹੈ
ਆਓ ਅਗਲੀ ਕਬੱਡੀ ਪਾਉਣ ਦੇ ਲਈ ਇਧਰਲੇ ਪਾਸੇ ਮੈਦਾਨ ਦੇ ਉੱਤੇ ਅੱਗੇ ਵੱਲ ਵਾਦੀ ਹੋਈ ਹੈ ਖਰਾਬ ਆ ਪਾਈ ਹੋਈ ਰੇ ਆ ਦਿਖਾਏ ਸਾਹਮਣੇ ਇਸ ਮੈਦਾਨ ਦੇ ਉੱਤੇ ਲਾਓ ਇਹ ਆ ਛੀਨਾ ਸਰੇ ਪਾਸੇ ਛੀਨਾ ਏ ਬੰਦੇ 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 ਜਿੰਦੂ ਸੁਖੀ ਦੇ ਨਿੰਦਰ ਚੈਲ ਯੂਐਸਏ ਵੱਲੋਂ 500 ਰੁਪਏ ਸਿੱਖਿਆ ਉਧਰਲੇ ਪਾਸੇ ਚੰਨੋ ਤੇ ਰਾਮ ਤੇਰੀ ਚੰਨੋ ਤੇ ਰਾਮ ਤੇਰੀ ਆਪਨੇ ਪੁਆਇੰਟ ਉਧਰਲੇ ਪਾਸੇ ਰਾਮ ਤੇਰੀ ਆਪਣੀ ਟੀਮ ਦੇ ਵਾਸਤੇ ਜੋੜ ਦਿੱਤੀ ਅਜੀ ਕਬੱਡੀ ਪਾਉਣ ਦੇ ਲਈ ਆਦੀ ਸੌਦਾ ਰਾਮ ਤੇਰੀ ਵਾਸਤੇ ਆ ਕਬੱਡੀ ਦੀ ਸਟਾਰ ਨੂਰ ਸੁਰੰਦ ਦੇ ਖੇਡ ਮੇਲੇ ਦੀ ਦੂਰ ਪਾਸੇ ਓਏ ਵੀਰਪਾਲ ਤਰਨ ਤਾਰਨ ਵਾਲੀ ਮੈਦਾਨ ਵਿੱਚ ਵਾਦੀ ਸੀ ਆ ਵੇਖੋ ਇੱਧਰਲੇ ਪਾਸੇ ਧਰਨਾ ਚਾਰੋ ਪਿੰਨਾ ਮੈਦਾਨ ਵਿੱਚ ਲੱਗਦਾ ਹੋਇਆ ਜ਼ੋਰ ਇੱਕ ਪਾਸੇ ਖੇਡ ਮੈਦਾਨ ਵਿੱਚ ਏ ਬੰਦੇ 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 ਆ ਵੇਖੋ ਆ ਕਿਵੇਂ ਲੱਗ ਰਿਹਾ ਹੈ ਜਿਵੇਂ ਲੋਕਾਂ ਨੂੰ ਲੱਗ ਰਿਹਾ ਹੋਵੇ ਆਪਾਂ ਨੂੰ ਲੱਗ ਰਿਹਾ ਹੈ ਬਾਹਰ ਦੇ ਧਰਨਾ ਇਸ ਸਮੇਂ ਮੈਦਾਨ ਵਿੱਚ ਮੇਰੇ ਹਰਕੀ ਸ਼ਹਿਰ ਵੱਲੋਂ ਸੀਮਾ ਜਾਪੀ ਦਾ ਨਾਮ ਦੱਸੇ ਲੋ ਬਈ ਸੀਮਾ ਜੀ ਸੀਮਾ राम तेरी इस वादी थी और दूसरे पास हैपी तरन तारन वाली चरणजीत कौर चलो जसू ਜਸੂ ਵੀ ਕਬੱਡੀ ਦੀ ਸਟਾਰ ਹੈ ਆ ਦੇਖੋ ਚੰਨੋ 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 ਖੇਡ ਮੈਦਾਨ ਦੇ ਵਿੱਚ ਕਿਆ ਬਾਤ ਹੈ ਚੰਨੋ ਆ ਭੈਣ ਨੂੰ ਘਰੇ ਛੱਡਦੀ ਹੈ ਆਪਣੇ ਪਾਲੇ 'ਚ ਨਫਾ ਦਾ ਪੁਆਇੰਟ ਸਾਰੇ ਰਾਮ ਤੇਰੀ ਆਪਣੀ ਟੀਮ ਦੇ ਜੋੜ ਦੀ ਸੀ ਅਗਲੀ ਕਬੱਡੀ ਪਾਉਣ ਦੇ ਲਈ ਸੋਮਨ ਗਿੱਲ ਮੈਦਾਨ ਵਿੱਚ ਦਵਾਜੀ ਇਸ ਤੋਂ ਬਾਅਦ ਜੋ ਫਾਈਨਲ ਮੁਕਾਬਲਾ ਹੋਣਾ ਹੈ ਉਹ ਵੀ ਗੋਇਲਵਰ ਦਾ ਮੁੰਡਿਆਂ ਦਾ ਜਿਹੜਾ ਉਹ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣ ਸਰਾਵਾ ਟੀਮ ਠੀਕ ਹੈ भाई रूपा सरावां दी टीम बिलकुल तैयार हो भाई रूपा अपनी टीम बाकी का वादा करती हुई खेड मैदान राम तेरी ਵਾਦੀ ਹੋਈ ਮਟਿਆਰ ਨੋ ਚਾਰ ਜਾ ਖੇਡ ਕੋ ਐਸ ਤੇ ਬੋਲੇਗੀ ਤਾਵਾ ਨੋ ਕਈ ਮਟਿਆਰ ਸਮਾਨਾ ਨੂੰ ਜਸੂ ਲਾ ਕੇ ਤਗੜਾ ਜਫਾ ਜਦੋਂ ਮਾਸਟਰ ਵਾਲ ਸਾਡੇ ਪ੍ਰਬੰਧਕ ਦੇ ਐਨਾਲੇ ਭਰਾਵਾਂ ਵਾਲੀ ਹੋਣਗੇ ਨੋ ਖੇਡ ਮੈਦਾਨ ਵਿੱਚ ਦਿਨੇਸ਼ ਟੈਬ ਹਰਿਆਣੇ ਦੀ ਗੱਡੀ ਦੇ ਗੱਡੀ ਕੋਲ ਪਹੁੰਚੇ ਦਿਨੇਸ਼ ਟੈਬ ਨੋ ਖੇਡ ਮੈਦਾਨ ਵਿੱਚ ਜਸੂ ਤੇ ਇੱਕ ਪਾਸੇ ਰਾਮ ਤੇਰੀ ਸੁਪਰ ਸਟਾਰ ਨੇ ਨੋ ਖੇਡ ਮੈਦਾਨ ਇੱਕ
आम सभा हो चुकी है इस मैच का फुटर साहब बोली एक गल हो रही यार चलो आप सोलह के दर्शकों इतनी बैठिया देख रही है जाके ललकार की आवाज सुनी है सारे दर्शकों का बड़ा प्रभाव पंजाब हरियाणा का बड़ा इंटरस्ट बना के इस कबड्डी के मैदान खेला जा रहा उधरले पासे अमनजीत थानेवाल कबड्डी कोच जिते तौर पर पुजे हुए रामे वाले इधर साढ़े गिद्धे वीर तेजा कहनी समर दी भाई ने टोपी वाले गल भरा है दूसरे पास रणदीप आ मुंडिया ना रणदीप है पंजाब पुलिस भर्ती करती है दूसरे पास राजू के नाल ही भाई इंद्रजीत आस्ट्रेलिया वाले के नाल भाई करनी दरबार के भाई तेज सारी वीर का बहुत बहुत धन्यवाद जिन्होंने वड्डी मेहनत की अज समेत का फल आप वेख रहे हैं कुड़िया तेल पा के साड़िया जाता सी जा कहते भी फ्रिज करंट ला के साड़िया जाता सी पर अज की मुटियार की गल करिए कहते भी ਚਰਨਜੀਤਪੁਰਾ ਨਾਮ ਹੈ ਕਬੱਡੀ ਜੰਗ ਦੇ ਵਿੱਚ ਸਹੇਲੀਆਂ ਸਖੀਆਂ ਤੈਨੂੰ ਤੈਨੂੰ ਕਹਿੰਦੀਆਂ ਹਾਂ ਇਹਦਾ ਮਾਨਿਆ ਤੇ ਆਇਆ ਨਹੀਂ ਅੱਗੇ ਦੇ ਦੇ ਵਿੱਚ ਟੈਨਸ਼ਨ ਦੇ ਉੱਪਰ ਬਣੀਆਂ ਹੁੰਦੀਆਂ ਹਾਂ ਲਸ਼ਮਣ ਗਰਾਊਂਡ ਤੇ ਰਿਪੋਰਟ ਕਰੇ ਕੇਤਲੀ ਫਾਂਡੀ ਵੀ ਲੜਕੀਆਂ ਦੀ ਕੇਤਲੀ ਫਾਂਡੀ ਕੇਟ ਫਾਂਡੇ ਫਾਉਲ ਹੈ ਨਾਓ ਪ੍ਰਾਇਸ ਨੇ ਆਪਣੀ ਟੀਮ ਦੇ ਵਿੱਚ ਚਮਾਉਣ ਜੋੜ ਦਿੱਤਾ ਨਾਰੀ ਕਬੱਡੀ ਓਪਨ ਦਾ ਜੋ ਫਾਈਨਲ ਦਾ ਟੀਮਾ ਠਾਕਾ ਮਹਾਰਾ ਪ੍ਰਤਾਪ ਕਬੱਡੀ ਕਲੱਬ ਵਾਸੀ ਸਰਾਣਾ ਦੀਆਂ ਟੀਮਾਂ ਜਿਹੜੀਆਂ ਜਲਦੀ ਆ ਜਾਣ ਨਾ ਮੈਦਾਨ ਵਿੱਚ ਸਾਹਮਣੇ ਦੇਖ ਲਿਆ ਸੋਮਣ ਗੱਲ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਵਾਸਤੇ ਇਸ ਸਮੇਂ ਲੱਖਾਂ ਦਾ ਪੁਆਇੰਟ ਜੋੜ ਰਹੀ ਹੈ ਆਰਤ ਬਣੀ ਦਾ ਜੱਗ ਮਹਾਨ ਬਣਿਆ ਆਰਤ ਬਣੀ ਦਾ ਜੱਗ ਮਹਾਨ ਬਣਿਆ ਮੁੱਖ ਮੰਤਰੀ ਬਣੀ ਪ੍ਰਧਾਨ ਔਰਤ ਸਭ ਤੋਂ ਪਿੱਛੇ ਦਾ ਰਾਸ਼ਟਰਪਤੀ ਬਣੇ ਹਿੰਦੁਸਤਾਨ ਦੀ ਬਣ ਗਈ ਸ਼ਾਨ ਔਰਤ सारे रिश्ते औरत ने रंग भरिया सस बहू ते बनी नवान औरत कोई मक्खन बराबर दुनिया का अज भी कहती गुरु भी कह गए महान औरत साढ़े गुरु भी कह गए महान औरत कैलाश मेघवाल जी साढ़े बोला तो खुश होकर बड़ा प्यार आशीर्वाद भेजे है तो इन्हें सत्कार योग शख्सियतों का धन्यवाद करते हैं धर्मेंद्र सिंह जी गरेवाल साहब बैठे ने और सत्कार योग रिस्पेक्ट शख्सियत बैठी है तो इन्हों का भी धन्यवाद कराएंगे पर खेल मैदान पैंती हो रहा वाह
खाते पॉइंट इस मटियार के खाते जुड़ रहे हैं। राम तेरी अगली रेड पाउन खेड मैदान वादी हुई वाली वाली कप के गिनी हुई आम मुकाबले अंत जीती थी बेस्ट रेडर से यह राम तेरी जो अगे अगे रेड पाउन वादी हुई मुटियार लो सुन सुन लाल जसू जसन लाल चन्नी लो खेड मैदान लो डबल टच हो गया। हाँ जी डॉक्टर साहब ने नवदीप जी बेस्ट राइडर से बेस्ट कैचर भी देख रहे हैं तुम हाँ जी राम तेरी की पहली ही कबड्डी खेल मैदान उधरले पासे चलो आ जसू आ जसू पॉइंट नवदीप जी को शर्मा जो पॉइंट इस वे ਜੀ ਸਿੰਘ ਜੀ 31 ਦੇ ਵਾਲੇ
हाँ जी हाँ जी जो ट्राइवर साहब की ट्रेन की कमी है हाँ जी प्लीज हाँ जी कैश प्राइज दे देता है कैश प्राइज बादल चंद नारंग जी ये मनजीत सिंह जी इकती है तुम्हारे कैश प्राइज दे रहे हैं ये फास्ट नहीं है टीम में बेनती करूंगा कलदीप कुलदीप दरकर जी और उन्होंने ट्रॉफी देंगे फास्ट नहीं समय हरियाणा की टीम वास्ते कलदीप दरकर जी जो महामन कलदीप दरकर जी और जनरल सैकटरी है बीजेपी के वो फास्ट नहीं की टीम ट्रॉफी देंगे हाँ जी कैश प्राइज देंगे मनजीत सिंह धरंगियावाली से राजू ठारा है कैश प्राइज देंगे ठारा बीबी हाँ जी कैश प्राइज देंगे मनजीत सिंह धरंगियावाली से राजू ठारा बीबी हाँ जी सरावा ते महाराजा महाराणा ठाकुर महाराणा प्रताप का हरियाणा हाँ जी बेस्ट राइडर का खिताब मिला है हरी सिंह कामरा जी को मैं बेनती करूंगा वो भी और हरी सिंह कामरा जी जो भाजपा के जिला अध्यक्ष है बेस्ट राइडर राम बथेरी 5100 रुपये का कैश प्राइज दे बेस्ट कैचर नो इनाम देंगे कैलाश मेघवा जी जो प्रदेश मंत्री है रणदीप हरियाणा जी बेस्ट कैचर है राम बथेरी हरी सिंह जी कामरा बेस्ट रेडर बेस्ट कैचर है रणदीप हरियाणा उन्होंने कैलाश मेघवाल जी कैश प्राइज देंगे फाइनल बजिया दोनों टीम सरावा ते ठाकुर महाराणा प्रताप क्लब हरियाणा जल्दी ग्राउंड आ जाए लाइट आले राम रणदीप रणदीप हरियाणा की बेस्ट कैचर रणदीप हाँ जी मेरे तो भी लड़कियां कैश प्राइज ले जाएंगे जो जिंदू सुखी थे निंदर कैच यूएसए वालों दिता गया सुमन गेल पंजाब दी राम बथेरी रणदीप सीना छीना ये भी आपका कैश प्राइज इतों समाप्ति तो बाद मेरे को लेके जानगी है इतों बेस्ट कैचर जाफी रणदीप हाँ जी पैनल रंजीत मणि जी सुरेश बालाजी चीफ होर के जस्सा जी ते इन्हां दे चीफ डॉक्टर छेद सिंह जी ते नवदीप शर्मा जी एक साइड ते दोनों लाइनमैन नवदीप लवदीप ते संदीप चोहल जी लाइनमैन दे तौर ते संदीप सिंह जी ते संदीप चोहल जी हाँ जी मैं बेनती कर रहा है सरदार सुरेंद्र पाल सिंह जी पीटी ते डिप्टी साहब अमृतराज जी वो भी नीचे आन आशीर्वाद देने वास्ते सदा समन दीप सिंह जो बहुत बड़ा टूर्नामेंट कराया बेनती करते हैं सदा